ਆਜ਼ਾਦੀ ਕਾ ਅਮਰਤ ਮਹਾਸੋਨ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੋਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਘੜੀ ਵਿੱਚ ਅਸੀਂ ਅੰਗਰੇਜ਼ਾਂ ਦੀ ਫੁੱਟ ਪਾਲ ਅਤੇ ਰਾਜਕਰੋਨੀ ਨੀਤੀ ਦੀ ਅਤੇ ਮਹਾਨ ਸੁਤੰਤਰਤਾ ਸੰਗਰਾਮੀ ਅਤੇ ਸਿਆਸਤਦਾਨ ਗਣੇਸ਼ ਕੋਸ਼ ਬਾਰੇ ਦੱਸਾਂਗੇ ਪੇਸ਼ ਹੈ ਇੱਕ ਰਿਪੋਰਟ ਅਸੀਂ ਗੱਲ ਕਰਾਂਗੇ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਨੀਤੀ ਦੀ ਬਰਤਾਨਵੀ ਰਾਜ ਦੇ ਖਿਲਾਫ ਰਾਸ਼ਟਰਵਾਦੀ ਹਿੰਦੂ ਮੁਸਲਮਾਨ ਇਕਤਾ ਨੂੰ ਤੋੜਨ ਤੇ ਧਰਮ ਦੇ ਆਧਾਰ ਤੇ ਬੰਗਾਲ ਦੀ ਵੰਡ ਕਰਕੇ ਪੂਰਬੀ ਤੇ ਪੱਛਮੀ ਬੰਗਾਲ ਬਣਾ ਕੇ ਅੰਗਰੇਜ਼ਾਂ ਨੇ ਇਹ ਨੀਤੀ ਅਪਣਾਉਣ ਦਾ ਫੈਸਲਾ ਲਿਆ ਸੀ ਲੋਕ ਇਕਜੁੱਟ ਹੋ ਕੇ ਇਸ ਦੇ ਵਿਰੋਧ ਵਿੱਚ ਡਟ ਗਏ ਤੇ ਰਵਿੰਦਰਨਾਥ ਟੈਗੋਰ ਦੇ ਗੀਤ ਆਮਾਰ ਸੋਨਾਰ ਬਾਂਗਲਾ ਨੇ ਨਵਾਂ ਅਰਥ ਹਾਸਲ ਕਰ ਲਿਆ amar sonar bangla ami tomay bhalobashi cero din tomar akash tomar batash amar prani bajay bashi bartamni bharat vich 1765 ton hi bangal bihar te odisha ik subhe vich hunde san par wand de sutartar bharat de vice ray lord curzon ne odisha te bihar nu todan ate bangal de 15 purvi jilya nu assam nal jodke ਪੂਰਬੀ ਬੰਗਾਲ ਬਣਾਇਆ ਤੇ ਟਾਕਾ ਨੂੰ ਉਸ ਦਾ ਕੇਂਦਰ ਬਣਾਉਣ ਦੀ ਸਾਜ਼ਿਸ਼ ਕਢੀ। ਉਹਨਾਂ ਸੋਚਿਆ ਸੀ ਕਿ ਬੰਗਾਲ ਦੀ ਵੰਡ ਨਾਲ ਰਾਸ਼ਟਰੀਵਾਦੀ ਅੰਦੋਲਨ ਕਮਜ਼ੋਰ ਹੋਵੇਗਾ ਤੇ ਰਾਸ਼ਟਰੀਵਾਦੀਆਂ ਵਿੱਚ ਫੁੱਟ ਪੈ ਜਾਵੇਗੀ। 19 ਜੁਲਾਈ 1905 ਨੂੰ ਦੋ ਹਿੱਸਿਆਂ ਵਿੱਚ ਵੰਡਨ ਸੰਬੰਧੀ ਕਰਜ਼ਨ ਦੀ ਕੋਸ਼ਨਾ ਤੋਂ ਬਾਅਦ ਸੂਬੇ ਵਿੱਚ ਵੱਡੇ ਪੱਧਰ ਤੇ ਸਿਆਸੀ ਵਿਰੋਧ ਸ਼ੁਰੂ ਹੋ ਗਿਆ। ਕਿਉਂਕਿ ਜੋ ਜ਼ਿਆਦਾਤਰ ਬੰਗਾਲੀ ਲੋਕਾਂ ਨੇ ਬਰਤਾਨੀਆਂ ਦੀ ਇਸ ਯੋਜਨਾ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਤੇ ਵੰਡ ਨੂੰ ਆਪਣੀ ਮਾਂ ਭੂਮੀ ਦਾ અપਮਾਨ ਮੰਨਿਆ। ਰਾਸ਼ਟਰੀਵਾਦੀ ਆਗੂਆਂ ਨੇ ਮਹਿਸੂਸ ਕੀਤਾ ਕਿ ਵੰਡ ਸਿਰਫ ਪ੍ਰਸ਼ਾਸਕੀ ਆਧਾਰ ਤੇ ਹੀ ਨਹੀਂ ਕੀਤੀ ਗਈ ਸਗੋਂ ਇਸ ਦਾ ਮੂਲ ਕਾਰਨ ਬਰਤਾਨਵੀ ਸਰਕਾਰ ਦੀ ਫੁੱਟ ਪਾਓ ਅਤੇ ਰਾਜ ਕਰੋ ਨੀਤੀ ਸੀ ਪੱਛਮੀ ਖੇਤਰ ਵਿੱਚ ਵੰਡ ਦਾ ਵਿਰੋਧ ਵਿਸਫੋਟਕ ਅਤੇ ਸਰਵਵਿਆਪੀ ਸੀ ਇਥੋਂ ਤੱਕ ਕਿ ਨਵੇਂ ਸੂਬੇ ਪੱਛਮੀ ਬੰਗਾਲ ਦੇ ਗਵਰਨਰ ਦੀ ਹੱਤਿਆ ਦਾ ਵੀ ਯਤਨ ਕੀਤਾ ਗਿਆ ਸਰੇਂਦਰਨਾਥ ਬੈਨਰਜੀ ਸਭ ਤੋਂ ਅਹਿਮ ਜਨ ਆਗੂਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਵੱਲੋਂ ਬੰਗਾਲ ਦੀ ਅਗਵਾਈ ਕੀਤੀ ਜਾ ਰਹੀ ਸੀ ਉਹਨਾਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਕੀਤਾ ਪਟੀਸ਼ਨਾਂ ਦਾਇਰ ਕੀਤੀਆਂ ਤੇ ਬੰਗਾਲ ਸਮੇਤ ਸਮੁੱਚੇ ਭਾਰਤ ਵਿੱਚੋਂ ਵਾਦ ਤੋਂ ਵਾਦ ਜਨ ਸਮਰਥਨ ਹਾਸਲ ਕੀਤਾ ਭਾਰਤ ਦੇ ਮਹਾਨਤਮਕ ਕਵੀ ਰਬਿੰਦਰਨਾਥ ਠਾਕੁਰ ਨੇ ਇਸ ਵੰਡ ਦੇ ਦਿਨ ਨੂੰ ਰਾਸ਼ਟਰੀ ਸ਼ੋਕ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਜਿਸ ਨਾਲ ਵੰਡ ਦਾ ਵਿਰੋਧ ਸਿਖਰ ਤੇ ਪਹੁੰਚ ਗਿਆ ਉਸ ਦਿਨ ਬੰਗਾਲ ਦੇ ਘਰਾਂ ਵਿੱਚ ਕਿਸੇ ਨੇ ਰੋਟੀ ਨਹੀਂ ਪਕਾਈ ਬੰਗਾਲੀ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਰਬਿੰਦਰਨਾਥ ਠਾਕੁਰ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਗੁੱਟ ਤੇ ਰਖੜੀ ਬਨਣ ਦੀ ਅਪੀਲ ਕੀਤੀ ਤਾ ਜੋ ਦੋਹਾ ਵਿਚਾਲੇ ਸੁਰੱਖਿਆ ਦਾ ਤਾ ਉਮਰ ਬੰਧਨ ਕਾਇਮ ਹੋ ਸਕੇ ਤੇ ਜਿਸ ਨੂੰ ਕੋਈ ਤੋੜ ਨਾ ਸਕੇ। ਬਾਂਲਰ ਮਾਟੀ ਬਾਂਲਰ ਜਲ ਬਾਂਲਰ ਵాయు ਬਾਂਲਰ ਫਲ ਬੰਗਾਲ ਦੀ ਵੰਡ ਦੇ ਵਿਰੋਧ ਅੰਦੋਲਨ ਨੇ ਸਵਦੇਸ਼ੀ ਤੇ ਬਰਤਾਨਵੀ ਉਤਪਾਦਨ ਦੀ ਵਰਤੋਂ ਨਾ ਕਰਨ ਵਰਗੇ ਅੰਦੋਲਨਾਂ ਨੂੰ ਜਨਮ ਦਿੱਤਾ। ਇਹ ਅੰਦੋਲਨ ਭਾਰਤੀ ਰਾਸ਼ਟਰਵਾਦ ਦੇ ਇਤਿਹਾਸ ਵਿੱਚ ਮੁੱਖ ਹਥਿਆਰ ਬਣ ਗਏ ਬੰਗਾਲੀਆਂ ਦੇ ਸਵਦੇਸ਼ੀ ਤੇ ਬਰਤਾਨਵੀ ਸਮਾਨ ਦੀ ਵਰਤੋਂ ਨਾ ਕਰਨ ਦਾ ਇਹ ਤਰੀਕਾ ਸਾਰੇ ਭਾਰਤੀ ਰਾਸ਼ਟਰਵਾਦੀਆਂ ਲਈ ਨਾਰਾ ਬਣ ਗਿਆ ਤੇ ਇਹ ਮਹਾਤਮਾ ਗਾਂਧੀ ਦੇ ਨਾ ਮਿਲ ਵਰਤਨ ਅੰਦੋਲਨ ਤੇ ਖਾਦੀ ਅੰਦੋਲਨਾਂ ਦਾ ਆਧਾਰ ਬਣੇ ਵੰਡ ਦੇ ਜ਼ਬਰਦਸਤ ਤੇ ਵੱਡੇ ਪੱਧਰ ਤੇ ਹੋਏ ਵਿਰੋਧ ਤੋਂ ਬਾਅਦ ਵਾਇਸ ਰਾਏ ਲਾਰਡ ਹੋਲਡਿੰਗਸ ਨੇ 1911 ਵਿੱਚ ਬੰਗਾਲ ਨੂੰ ਫੇਰ ਇੱਕ ਕਰ ਦਿੱਤਾ 16 ਅਕਤੂਬਰ ਨੂੰ ਮਹਾਨ ਸੁਤੰਤਰਤਾ ਸੰਗਰਾਮੀ ਤੇ ਸਿਆਸਤਦਾਨ ਗਣੇਸ਼ ਕੋਸ਼ ਦੀ ਵਰਸੀ ਵੀ ਹੈ। ਉਹਨਾਂ ਦਾ ਜਨਮ ਬੰਗਾਲ ਸੂਬੇ ਵਿੱਚ ਜੈਸੌਰ ਜ਼ਿਲ੍ਹੇ ਦੇ ਬਿੰਦੋਪੁਰ ਪਿੰਡ ਵਿੱਚ ਹੋਇਆ ਸੀ। ਅੰਗਰੇਜ਼ਾਂ ਨੇ ਮਾਣਿਕ ਤਲਾਬ ਬੰਬਕਾਂਡ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ 1924 ਵਿੱਚ 3 ਸਾਲ ਲਈ ਜੇਲ੍ਹ ਭੇਜ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੋਸ਼ ਚਿਟਾਗਾਂਗ ਜੁਗਾਂਤਰ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ 18 ਅਪ੍ਰੈਲ 1930 ਨੂੰ ਸੂਰਜ ਸੇਮ ਤੇ ਕ੍ਰਾਂਤੀਕਾਰੀਆਂ ਨਾਲ ਚਿਟਾਗਾਂਗ ਹਥਿਆਰਾਂ ਦੀ ਲੁੱਟ ਵਿੱਚ ਵੀ ਸ਼ਾਮਲ ਸਨ ਮਗਰੋਂ ਕੋਸ਼ ਨੂੰ ਚੰਦਰਨਗਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ 1932 ਵਿੱਚ ਉਹਨਾਂ ਤਾ ਉਮਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ ਤੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ 1940 ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਆਜ਼ਾਦੀ ਤੋਂ ਬਾਅਦ ਉਹ ਪਾਰਟੀ ਕਮਿਊਨਿਸਟ ਪਾਰਟੀ ਦੇ ਆਗੂ ਬਣ ਗਏ 16 ਅਕਤੂਬਰ 1994 ਨੂੰ 94 ਸਾਲ ਦੀ ਉਮਰ ਵਿੱਚ ਗਣੇਸ਼ ਕੋਸ਼ਦਾ ਦੇਹਾਂਤ ਹੋ ਗਿਆ। ਰਾਸ਼ਟਰ ਪ੍ਰਤੀ ਪ੍ਰੇਮ ਲਈ ਮਹਾਨ ਸੁਤੰਤਰਤਾ ਸੰਗਰਾਮੀ ਨੂੰ ਨਮਨ